ਸਾਹਿਬ ਜੀ ਉੱਥੇ ਸੰਗਤਾਂ ਕੈਦ ਲੈ ਕੇ ਵੀ ਇੰਨਾ ਵੇਲੇ ਹਰੀਕ ਕਲਾ ਪਿੰਡ
ਕਿ ਸਾਡੇ ਜੀ ਗੁਰਦੁਆਰੇ ਦਾ ਗ੍ਰੰਥੀ ਜਿਹੜਾ ਉਹ ਅੰਮ੍ਰਿਤਧਾਰੀ ਨਹੀਂ ਹੈ। ਜੇ ਗੁਰਦੁਆਰੇ ਦਾ ਗ੍ਰੰਥੀ ਅੰਮ੍ਰਿਤਧਾਰੀ ਤੇ ਪੰਜ ਵਿਕਾਰੀ ਮਰਜ਼ਾਦਾ ਦਾ ਧਾਰਨੀ ਨਹੀਂ ਆ, ਫਿਰ ਪਿੰਡ ਦੇ ਵਿੱਚ ਉਹ ਕੀ ਗ੍ਰੰਥੀ ਸਿੰਘ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ, ਅੰਮ੍ਰਿਤ ਦਾ ਪ੍ਰਚਾਰ ਤੇ ਪ੍ਰਸਾਰ ਕਰੇਗਾ? ਉਹ ਫਿਰ ਕੀ ਕਰੇ, ਕਹੇਗਾ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਮਾਇਨਾ ਭਾਈਆਂ ਨੂੰ ਕਿ ਅੰਮ੍ਰਿਤ ਛਕੋ? ਕਿਵੇਂ ਕਹਿ ਸਕਦਾ ਜਦੋਂ ਆਪ ਅੰਮ੍ਰਿਤਧਾਰੀ ਨਹੀਂ? ਸੇਲ ਵੱਡੀ ਦਿੱਕਤ ਹੈ ਜੋ ਨਗਰਾਂ ਪਿੰਡਾਂ ਵਿੱਚ ਆ ਰਹੀ ਹੈ। ਤੁਹਾਡਾ ਦਿਲ ਵੀ ਕਰੂੰਗਾ ਸੋ ਗ੍ਰੰਥੀ ਸਿੰਘ ਬਾਜੀ ਸਿੰਘ ਤਕਰੀਬਨ ਇੱਥੇ ਅੰਮ੍ਰਿਤਧਾਰੀ ਵੀਰ ਬੈਠੇ ਹੈ, ਪਰ ਜੇ ਕੋਈ ਨਹੀਂ ਵੀ ਹੈ, ਜਿਵੇਂ ਤੁਸੀਂ ਆਪਣੀਆਂ ਜ਼ਿਲ੍ਹਾ ਵਾਈਜ਼ ਜਾਂ ਸਰਕਲ ਵਾਈਜ਼ ਗ੍ਰੰਥੀ ਸਭਾਵਾਂ ਬਣਾਉਂਦੇ ਨੇ, ਤੁਸੀਂ ਖੁਦ ਉਹਨਾਂ ਨਾਲ ਸੰਪਰਕ ਪੈਦਾ ਕਰਕੇ ਉਹਨਾਂ ਨੂੰ ਪ੍ਰੇਰਨਾ ਕਰੋ ਕਿ ਗੁਰੂ ਘਰ ਦੀ ਸੇਵਾ ਨਿਭਾਉਣੀ ਹੈ ਤੇ ਪੰਜ ਵਿਕਾਰੀ ਮਰਜ਼ਾਦਾ ਧਾਰਨ ਕਰੋ। ਜਿਹੜੇ ਵੀਰ ਨੇ ਸੰਧਿਆ ਨਹੀਂ ਕੀਤੀ ਉਹ ਸ਼ੁੱਧ ਪਾਠ ਦੀ ਸੰਧਿਆ ਜ਼ਰੂਰ ਕਰੇ, ਕਿਉਂਕਿ ਗ੍ਰੰਥੀ ਸਿੰਘ ਕੋਲੋਂ ਤੇ ਸੰਗਤਾਂ ਨੇ ਵੀ ਪਾਠ ਪੁੱਛਣਾ, ਤੇ ਜੇ ਗ੍ਰੰਥੀ ਸਿੰਘ ਕੋਲ ਪਾਠ ਨਹੀਂ ਆਉਂਦਾ ਤੇ ਫਿਰ ਗੁਰਮਤ ਪਿਆਰੇ ਉਹ ਬੱਚਿਆਂ ਨੂੰ ਸੰਗਤਾਂ ਨੂੰ ਕੀ ਦੱਸੇਗਾ? ਕਈ ਵੀਰ ਬਹੁਤ ਸਾਰੇ ਤਕਰੀਬਨ ਦੇਖਦੇ ਆ ਕਿ ਜੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜੀਵਾਰ ਸਰੂਪ ਪ੍ਰਕਾਸ਼ ਹੋ ਜਾਣ ਤੇ ਖੜੇ ਖੜੋ ਤੇ ਪਾਠੀ ਸਿੰਘ ਜਵਾਬ ਦੇ ਜਾਂਦੇ ਆ ਵੀ ਅਸੀਂ ਤੇ ਪਾਠ ਕਰ ਨਹੀਂ ਸਕਦੇ, ਸਾਨੂੰ ਰਣੀਵਾਰ ਤੋਂ ਪਾਠ ਕਰਨਾ ਹੀ ਨਹੀਂ ਆਉਂਦਾ। ਇਹ ਨਾਜ ਹੈ ਕਿ ਸੰਧਿਆ ਨਹੀਂ ਕੀਤੀ, ਜੇ ਸੰਧਿਆ ਕੀਤੀ ਹੋਵੇ ਤੇ ਰਣੀਵਾਰ ਤੇ ਪਾਠ ਕਰ ਸਕਦਾ, ਪਰ ਹੋਵੇ ਪਾਠ ਜੀ ਪਾਠ ਵੀ ਗੁਰਮਤ ਪਿਆਰੇ ਸ਼ੁੱਧ ਨਹੀਂ ਕਰਦੇ। ਜੇ ਕਬੀਰ ਪਾਠ ਕਰ ਰਿਹਾ ਸੀ ਤੇ ਅੱਗੇ ਦੇਖਾ ਮਿਹਨਤ ਕੋਇਲ ਬੈਠੀ ਆਏ, ਹੁਣ ਗੁਰਬਾਣੀ ਦੇ ਅੰਦਰ ਗੁਰਮੁਖ ਪਿਆਰੇ ਐਸਾ ਕੋਈ ਪਾਠ ਹੀ ਨਹੀਂ ਹੈ, ਨਾ ਹੀ ਆਪਾਂ ਦੇਖ ਰਹੀਏ ਕਿ ਮੁਰਦਿਆਂ ਤੇ ਕੋਇਲ ਬਹਿੰਦੀ, ਕੋਇਲ ਬਹਿੰਦੀ ਆ ਬਾਗਾਂ ਵਿੱਚ, ਮੁਰਦਿਆਂ ਤੇ ਢੇਲਾਂ ਬਹਿੰਦੀਆਂ ਨੇ। ਯਤਰੀ ਅਰਥ ਲਿਆ ਜਾਵੇ ਜਿੱਥੇ ਡੇਟਾ ਮਿਰਤ ਕੋ ਕਿਲ ਭੇਟੀ ਆਏ, ਉਸ ਪਾਠ ਕੋਲ ਤੇ ਲੱਗਦੇ ਜਾ ਕੇ ਮਿਰਤ ਕੋ, ਪਰ ਉਹਨੇ ਮਿਰਤ ਪਾਠ ਮੰਦਰਾ ਕਰ ਦਿੱਤਾ, ਕੋ ਅੱਗੇ ਜੋੜ ਦਿੱਤੀ ਤੇ ਪਾਠ ਬਣ ਗਿਆ ਜਿੱਥੇ ਡੇਟਾ ਮਿਰਤ ਕੋਇਲ ਬਹਿੰਦੀ ਆਏ। ਹੁਣ ਸ਼ੁੱਧ ਪਾਠ ਆ ਜਿੱਥੇ ਡੇਟਾ ਮਿਰਤ ਕੋਇਲ ਭੇਟੀ ਆ, ਮੁਰਦਿਆਂ ਤੇ ਇਹਨਾਂ ਭੋਗੀਆਂ ਹੀ ਆ। ਗੁਰਮਤ ਪਿਆਰੇ ਬਹੁਤ ਸਾਰੇ ਪਾਠਾਂ ਦਾ ਵਿਸ਼ਰਾਮਾਂ ਨਾਲ ਫਰਕ ਪੈ ਜਾਂਦਾ। ਗੁਰ ਅਰਜਨ ਘਰ ਗੁਰ ਰਾਮਦਾਸ ਘਰ ਗੁਰ ਆਯੋਜਨ ਸੋਈਏ ਪੜ੍ਹਦੇ ਹੁੰਦੇ ਆ, ਕਈ ਪਾਠੀ ਵੀਰ ਫਿਰ ਸਪੀਕਰ ਬੰਦ ਕਰ ਦਿੰਦੇ ਆ, ਕਿਉਂਕਿ ਹੁਣ ਸਵਈਆਂ ਦੇ ਗੁਰਮਤ ਪਿਆਰੇ ਵਿਸ਼ਰਾਮ ਲਾਉਣੇ ਬਹੁਤ ਔਖੇ ਆ, ਸਵਈਆਂ ਭੱਟਾਂ ਦੇ ਸਵਈਆਂ ਨੂੰ ਪੜ੍ਹਨਾ। ਤੇ ਹੁਣ ਸ਼ੁੱਧ ਪਾਠ ਆ ਗੁਰ ਅਰਜਨ ਘਰ ਗੁਰ ਰਾਮਦਾਸ ਘਰ ਗੁਰ ਆਯੋਜਨ ਗੁਰੂ ਅਰਜਨ ਦੇ ਘਰ ਗੁਰੂ ਰਾਮਦਾਸ ਦਾ ਜਦੋਂ ਸ਼ੁੱਧ ਪਾਠ ਪਾਠੀ ਸਿੰਘ ਨੇ ਸਿੱਖਿਆ ਨਹੀਂ ਤੇ ਉਹ ਪਾਠ ਕਰਦਾ ਗੁਰ ਅਰਜਨ ਘਰ ਗੁਰ ਰਾਮਦਾਸ, ਤੇ ਗੁਰੂ ਅਰਜਨ ਦੇ ਮਹਾਰਾਜ ਗੁਰੂ ਰਾਮਦਾਸ ਦੇ ਘਰ ਪਿਓ ਪੁੱਤਰ ਬਣ ਜਾਂਦਾ ਤੇ ਪੁੱਤਰ ਪਿਓ ਬਣ ਜਾਂਦਾ। ਗੁਰ ਅਰਜਨ ਘਰ ਗੁਰ ਰਾਮਦਾਸ ਘਰ ਪੁੱਤਰ ਆਏ, ਤੇ ਸ਼ੁੱਧ ਪਾਠ ਗੁਰ ਅਰਜਨ ਘਰ ਗੁਰੂ ਅਰਜਨ ਦੇਵ ਦੇ ਘਰ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਗੁਰੂ ਰਾਮਦਾਸ ਦੇ ਘਰ ਸ਼ੁੱਧ ਪਾਠ ਜਿਹੜਾ ਗੁਰ ਅਰਜਨ ਘਰ ਗੁਰ ਰਾਮਦਾਸ ਘਰ ਗੁਰਦਰ ਆਏ ਸ਼ੁੱਧ ਪਾਠ ਹੈ। ਤੇ ਜੇ ਕਹਿ ਦਿੰਦਾ ਗੁਰ ਅਰਜਨ ਘਰ ਗੁਰ ਰਾਮਦਾਸ ਘਰ ਦੇ ਵਿਸ਼ਰਾਮ ਲਾ ਦਿੱਤਾ ਤੇ ਫਿਰ ਪਾਠ ਬਣ ਅਰਥ ਬਣਦਾ ਕਿ ਗੁਰੂ ਅਰਜਨ ਦੇਵ ਦੇ ਘਰੇ ਗੁਰੂ ਰਾਮਦਾਸ ਦਾ ਅਵਤਾਰ ਹੋਇਆ। ਇਹ ਕਦ ਕੇ ਨਾਲ ਨੂੰ ਫਰਕ ਪੈਂਦਾ, ਪਾਠ ਕਰਦੇ ਜੋ ਰਾਮ ਨਾਮ ਲੱਗ ਗਿਆ ਜਮ ਲੱਗ ਜਾਏ ਤਾਂ ਭਰ ਗਿਆ ਸ਼ੁੱਧ ਪਾਠ, ਅਦਕ ਦੇ ਨਾਲ ਅਦਕ ਉੱਤੇ ਲਿਖੀ ਨਹੀਂ ਹੈ ਪਰ ਉਚਾਰਨ ਲਿਖੀ ਵਰਤੋਂ ਕਰਨੀ। ਜਦੋਂ ਸ਼ੁੱਧ ਪਾਠ ਸਿੱਖਿਆ ਹੋਵੇਗਾ ਬਾਕੀ ਵੀ ਉਚਾਰਨ ਕਰੇਗਾ ਤੇ ਫਿਰ ਸ਼ੁੱਧ ਅਰਥ ਬਣਦਾ ਕਿ ਜਦ ਰਾਮ ਨਾਮ ਮਨ ਲੱਗਾ ਜਮ ਲੱਗ ਜਾਏ ਤਾਂ ਭਰ ਗਿਆ, ਵੀ ਜਦੋਂ ਬੰਦਾ ਰੱਬ ਨਾਲ ਜੁੜ ਗਿਆ ਤੇ ਜਿਹੜੇ ਜਾਣ ਦੀ ਡਿਊਟੀ ਲੱਗੀ ਸੀ ਉਹ ਸਰਬਸਾਰ ਹੋ ਕੇ ਭੱਜ ਗਿਆ। ਉਹਨੇ ਵੇਖਿਆ ਵੀ ਹੁਣ ਇਹ ਸਾਡੇ ਵੱਸ ਨਹੀਂ ਪੈਣਾ, ਦੂਰ ਨਹੀਂ ਹੋ ਜਾਣ ਦੇ ਬਾਅਦ ਜਦੋਂ ਬੰਦਾ ਰੱਬ ਨਾਲ ਜੁੜਿਆ ਜਮਾਂ ਦੇ ਚੱਕਰ ਤੋਂ ਨਿਕਲ ਗਿਆ ਤੇ ਜੇ ਪਾਠ ਅਨੰਦ ਸਾਹਿਬ ਨਾਲ ਕੀਤਾ ਜਦ ਰਾਮ ਨਾਮ ਮਨ ਲੱਗਾ ਜਮ ਤੇ ਜਾਏਗਾ ਭਾਗਾ, ਵੀ ਜਦੋਂ ਬੰਦਾ ਰੱਬ ਨਾਲ ਜੁੜਿਆ ਉਹਨੂੰ ਜਮ ਲੈ ਕੇ ਭਾਜੇ ਫਿਰ ਅਰਥਾ ਭਰਮ, ਜਦੋਂ ਜੇ ਰੱਬ ਨਾਲ ਜੁੜੇ ਉਹ ਜਮ ਲੈ ਕੇ ਭਾਜੇ ਫਿਰ ਛੱਡਣ ਨਹੀਂ ਦੇਣਾ, ਇੱਕ ਬਿੰਦੀ ਨਾਲ ਫਰਕ ਪੈਂਦਾ। ਜਿੱਥੇ ਵਰਤੋਂ ਦੀ ਲੋੜ ਉੱਥੇ ਵਰਤੋਂ ਨਾ ਕਰੀਏ ਫਰਕ ਪੈਂਦਾ, ਤੇ ਜਿੱਥੇ ਗੁਰਮੁਖ ਪਿਆਰੇ ਨੂੰ ਵਰਤਣੀ ਹੈ ਉੱਥੇ ਨਾ ਵਰਤੀਏ ਫਰਕ ਪੈਂਦਾ, ਤੇ ਜਿੱਥੇ ਨਹੀਂ ਵਰਤਣੀ ਉੱਥੇ ਲਾ ਕੇ ਤੁਹਾਨੂੰ ਫਰਕ ਪੈਂਦਾ। ਪਰ ਰਾਮਗੜੇ ਦੀ ਵਾਰ ਭਾਈ ਸਾਹਿਬ ਬਲਵੰਡੇ
ਧੰਨਵਾਦ ਕਰ